ਕਸਬੇ ਦੇ ਪੱਤਰਕਾਰ ਭਾਈਚਾਰੇ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਜਾਰੀ ਕਰਫਿਊ ਦੌਰਾਨ ਇਲਾਕੇ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੇ ਉਹਨਾਂ ਦੇ ਹੱਲਾਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਕਰਫਿਊ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਵਾਉਣ ਲਈ ਪੱਤਰਕਾਰ ਭਾਈਚਾਰੇ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ। ਪੱਤਰਕਾਰਾਂ ਵੱਲੋਂ ਸ਼ਹਿਰ 'ਚ ਆ ਰਹੀਆਂ ਸਮੱਸਿਆਵਾਂ ਬਾਰੇ ਉਹਨਾਂ ਨੂੰ ਜਾਣੂ ਕਰਵਾਇਆ। DSP ਕੁਲਵਿੰਦਰ ਸਿੰਘ ਨੇ ਕਿਹਾ ਕਿ ਨੂਰਮਹਿਲ ਸ਼ਹਿਰ ਦੀਆਂ ਸਾਰੀਆਂ ਸਮੱਸਿਆਵਾਂ ਦਾ ਜਲਦ ਹੀ ਹੱਲ ਹੋਣ ਦਾ ਆਸ਼ਵਾਸਨ ਦਿੱਤਾ। ਇਸ ਮੌਕੇ ਥਾਣਾ ਮੁਖੀ ਜਤਿੰਦਰ ਕੁਮਾਰ ਅਤੇ ਇਲਾਕੇ ਦੇ ਸਮੂਹ ਪੱਤਰਕਾਰ ਮੌਜੂਦ ਸਨ। ਬਿਲਗਾ ਤੋਂ ਵਿਨੋਦ ਬੱਤਰਾ ਦੀ ਰਿਪੋਰਟ। ਅੱਜ ਕੋਰੋਨਾ ਵਾਇਰਸ ਦੇ ਸੰਬੰਧ ਵਿੱਚ ਜਿਹੜਾ ਪੰਜਾਬ ਵੱਲੋਂ ਬੰਦ ਹੈ ਪੰਜਾਬ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ, ਉਹਦੇ ਸੰਬੰਧ ਵਿੱਚ ਮੈਂ ਸਾਰੇ ਪ੍ਰੈਸ ਵਾਲੇ ਵੀਰ ਸੁਝਾਅ ਲੈਣ ਵਾਸਤੇ ਇਕੱਠੇ ਕੀਤੇ ਸੀ, ਜਿਹੜੇ ਵੱਖ ਵੱਖ ਪੁਆਇੰਟਾਂ 'ਤੇ ਜਿਹੜੇ ਜਿੰਨੇ ਵੀ ਸਾਨੂੰ ਸੁਝਾਅ ਦਿੱਤੇ ਆ ਉਸ 'ਤੇ ਅਸੀਂ ਪੂਰਾ ਅਮਲ ਕਰਾਂਗੇ। ਔਰ ਮੇਰੀ ਸਾਰੇ ਸ਼ਹਿਰ ਦੇ ਨਿਵਾਸੀਆਂ ਨੂੰ ਜਾਂ ਇਲਾਕਾ ਪਿੰਡ ਜਿੰਨੇ ਵੀ ਪਿੰਡ ਥਾਣਾ ਨੂਰਮਹਿਲ 'ਚ ਪੈਂਦੇ ਨੇ, ਇਹਨਾਂ ਨੂੰ ਬੇਨਤੀ ਹੈ ਵੀ ਆਪਣੇ ਆਪਣੇ ਘਰਾਂ ਦੇ ਵਿੱਚ ਰਹਿਣ, ਇਹਨੂੰ ਬਿਲਕੁਲ ਲਾਪਰਵਾਹੀ ਨਾ ਕਰਨ। ਔਰ ਮੇਰੀ SHO ਸਾਹਿਬ ਨੂੰ ਮੈਂ ਬਿਲਕੁਲ ਹਦਾਇਤ ਕਰਤੀ ਹੈ ਵੀ ਸਖਤੀ ਨਾਲ ਨਿਪਟਿਆ ਜਾਊਗਾ, ਕੋਈ ਵੀ ਬੰਦਾ ਬਾਹਰ ਨਜ਼ਰ ਬਿਨਾਂ ਕੰਮ ਤੋਂ ਨਹੀਂ ਆਉਣਾ ਚਾਹੀਦਾ, ਅਸੀਂ ਬਿਲਕੁਲ ਸਖਤੀ ਕਰਾਂਗੇ। ਔਰ ਬਿਨਾਂ ਪਾਸ ਜਿਹੜਾ ਘੱਟੋ ਘੱਟ DC ਸਾਹਿਬ ਜਾਂ STM ਸਾਹਿਬ ਦਾ ਕੋਲ ਹੋਣਾ ਚਾਹੀਦਾ, ਔਰ ਅਸੀਂ ਸਖਤੀ ਨਾਲ ਇਸ ਕੰਮ ਨੂੰ ਲੋਕਾਂ ਨੂੰ ਅੰਦਰ ਵੜਾਂਗੇ। ਜਿਹੜੀ ਸਬਜ਼ੀਆਂ ਦੇ ਸੰਬੰਧ ਵਿੱਚ ਸਰ ਜਿਹੜੀ ਮੀਡੀਆ ਹੈਗੇ ਆਪਣੇ ਮੁਸ਼ਕਲਾਂ ਆ ਰਹੀਆਂ ਸਬਜ਼ੀ ਵਾਲੇ ਲੋਕਾਂ ਨੂੰ, ਸਬਜ਼ੀ ਦੇ ਸੰਬੰਧ ਵਿੱਚ ਅੱਜ ਇਹਨਾਂ ਨੇ ਦੱਸਿਆ ਵੀ ਸਵੇਰੇ ਜਦੋਂ ਮੰਡੀ ਲੱਗਦੀ ਹੈ ਤਾਂ ਥੋੜ੍ਹਾ ਜਿਹਾ ਰਸ਼ ਹੋ ਜਾਂਦਾ, ਉਸ ਰਸ਼ ਵਾਸਤੇ ਅਸੀਂ ਡਿਸਕਸ ਕੀਤਾ ਸਾਰਿਆਂ ਨਾਲ ਵੀ ਇਹਦੇ 2 ਸੈਕਟਰ ਬਣਾ ਦਿੱਤੇ ਜਾਣਗੇ। ਮੇਰਾ ਖਿਆਲ ਵੀ 6 ਆੜਤੀ ਇੱਥੇ ਹੈਗੇ ਨੇ, 3 ਆੜਤੀ ਇੱਕ ਸਾਈਡ 'ਤੇ ਕਰ ਦਿਆਂਗੇ, 3 ਇੱਕ ਸਾਈਡ 'ਤੇ ਕਰ ਦਿਆਂਗੇ, ਜਿਹਦੇ ਨਾਲ ਥੋੜ੍ਹਾ ਜਿਹਾ ਫਰਕ ਪੈ ਜਾਏਗਾ। ਉਹ ਮਹਿੰਗੀ ਜਾਂ ਫੇਰੀ ਵਾਲੇ ਸਬਜ਼ੀ ਕਿਤੇ ਦੇ ਰਹੇ ਆ, ਕੁਛ ਤੁਹਾਡੀ ਸਮੱਸਿਆ ਆ ਰਹੀ ਹੈ ਕਿ ਤੁਹਾਡੇ ਮੁਲਾਜ਼ਮ ਵੀ ਘੱਟ ਵਾ, ਕੁਛ ਨਾਕਿਆਂ ਦੇ ਉੱਤੇ ਤਕਰੀਬਨ ਨਹੀਂ ਆ ਰਹੇ ਆ? ਸਬਜ਼ੀ ਦੇਖੋ, ਸਬਜ਼ੀ 'ਤੇ ਕੋਈ ਮਹਿੰਗੀ, 2 ਤਰ੍ਹਾਂ ਦੀਆਂ ਸ਼ਿਕਾਇਤਾਂ ਆ ਰਹੀਆਂ। ਇੱਕ ਤਾਂ ਇਹ ਗੱਲ ਕਹਿੰਦੇ ਨੇ ਵੀ ਸਬਜ਼ੀ ਮਹਿੰਗੀ ਦੇ ਰਹੇ ਨੇ, ਇੱਕ ਸਬਜ਼ੀ ਵਾਲੇ ਕਹਿੰਦੇ ਨੇ ਵੀ ਸਬਜ਼ੀ ਤਾਂ ਬਿਲਕੁਲ ਠੀਕ ਰੇਟ 'ਤੇ ਦੇ ਰਹੇ, ਲੋਕ ਸਾਨੂੰ ਬਲੈਕਮੇਲ ਕਰ ਰਹੇ ਬਿਨਾਂ ਗੱਲ ਤੋਂ ਦਬਕੇ ਮਾਰੀ ਜਾਂਦੇ ਆ ਵੀ ਸਬਜ਼ੀ ਮਹਿੰਗੀ ਦੇ ਰਿਹਾ ਜੀ। ਉਹ ਅਸੀਂ ਧਿਆਨ ਰੱਖਾਂਗੇ, ਸਵੇਰੇ SHO ਸਾਹਿਬ ਖੁਦ 4:30 ਵਜੇ ਉੱਥੇ ਮੌਕੇ 'ਤੇ ਆਉਣਗੇ, ਆਪ ਚੈੱਕ ਕਰਨਗੇ ਔਰ ਆਪ ਰੇਹੜੀਆਂ ਮੰਡੀ ਨੂੰ ਲਵਾਉਣਗੇ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਬਸਕ੍ਰਾਈਬ ਕਰਨ ਵੇਲੇ ਬੈਲ ਆਈਕਨ ਵਾਲਾ ਬਟਨ ਦਬਾਉਣਾ ਨਾ ਭੁੱਲੋ, ਤਾਂ ਕਿ ਤੁਹਾਨੂੰ ਹਰ ਖਬਰ ਮਿਲ ਸਕੇ ਸਭ ਤੋਂ ਪਹਿਲਾਂ।